ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਇਸ ਬਿਹਤਰੀਨ ਪਲੇਟਫਾਰਮ ਤੇ ਅੱਜ ਤੁਹਾਨੂੰ ਇੱਕ ਇੰਪੋਰਟੈਂਟ ਜੀ ਇਨਫੋਰਮੇਸ਼ਨ ਦੇ ਦਿੰਨਾ ਹੈ ਠੀਕ ਹੈ ਵੈਸੇ ਤਾਂ ਇਹ ਇਨਫੋਰਮੇਸ਼ਨ ਤੁਹਾਨੂੰ ਪਹੁੰਚ ਗਈ ਹੋਊਗੀ ਮਿਲ ਵੀ ਗਈ ਹੋਊਗੀ ਪਹਿਲਾਂ ਮੈਂ ਦੱਸ ਦਿੰਨਾ ਕੁਝ ਗੱਲਾਂ ਫਿਰ ਆਪਾਂ ਡਿਸਕਸ ਵੀ ਕਰਾਂਗੇ ਇਸ ਰਿਗਾਰਡਿੰਗ ਕੁਝ ਗੱਲਾਂ ਇਹ ਕਹ ਰਿਹਾ ਵੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰ ਦੇ ਆਧਾਰ ਤੇ ਕਲਰਕ ਦੀਆਂ 567 ਧਿਆਨ ਨਾਲ ਸੁਣਨਾ ਭਾਈ ਕਲਰਕ ਦੀਆਂ 567 ਪੋਸਟਾਂ ਓਰ ਆ ਗਈਆਂ ਠੀਕ ਹੈ ਪੀਟ੍ਰੀ ਪਲੱਸ ਬੀ ਵਿੱਚ ਤੇ ਚਾਰ ਜਿਹੜੀਆਂ ਪੋਸਟਾਂ ਹੋ ਕਲਰਕ ਆਈਟੀ ਦੀਆਂ ਹੈਗੀਆਂ ਇਹ ਨਈ ਨਿਊ ਅਨਾਉਂਸਮੈਂਟ ਹੈ ਐਸਐਸ ਬੋਰਡ ਦੇ ਵੱਲੋਂ ਠੀਕ ਹੈ ਔਰ ਇਹ 10 ਤਰੀਕ 2022 ਤੋਂ ਆਨਲਾਈਨ ਐਪਲੀਕੇਸ਼ਨ ਸਟਾਰਟ ਹੋ ਜੇਗੀ ਮਤਲਬ ਫਾਰਮ ਭਰਨ ਦੀ ਜੋ ਡੇਟ ਆ ਉਹ 10 ਤਰੀਕ ਮਤਲਬ ਅਗਲੇ ਮਹੀਨੇ ਦੇ ਜੂਨ ਦੇ ਮਹੀਨੇ 'ਚ 2022 ਤੋਂ ਇਹ ਫਾਰਮ ਫਿਲ ਦੀ ਸਟਾਰਟ ਹੋ ਜੇਗੀ ਡੇਟ 아이 ਗੱਲ ਸਮਝੇ ਇਹ ਇਨਫੋਰਮੇਸ਼ਨ ਹੈ ਬਈ ਠੀਕ ਹੈ ਹੁਣ ਇਹਨਾਂ ਨੇ ਗਲਤੀ ਕੀ ਕਰੀ ਦੇਖੋ ਦੁਬਾਰਾ ਫੀਸ ਭਰਨਾ ਦੁਬਾਰਾ ਸਭ ਕੁਝ ਕਰਨਾ ਦੇਖੋ ਮੈਂ बार-बार ਉਹੀ ਗੱਲ ਕਹਿਣਾ ਮੋਟਿਵ ਤੁਹਾਡਾ ਉਹੀ ਹੈ ਸਟੱਡੀ ਤੁਹਾਨੂੰ ਕਰਨੀ ਪੈਣੀ ਹੈ ਠੀਕ ਹੈ ਬਟ ਇਹ ਥੋੜਾ ਜਿਹਾ ਇਹ ਵੀ ਇਸ਼ੂ ਹੈ ਕਿ ਮੇਰੀ ਗੱਲ ਸੁਣੋ ਨਾ ਇਹ ਇਸ ਪੋਸਟ ਨੂੰ ਪੀਟ੍ਰੀਪਲ ਐਸਬੀ ਕਲਰਕ ਦੇ ਅੰਡਰ ਜਿਹੜੀਆਂ ਪਹਿਲਾਂ ਪੋਸਟਾਂ ਆਈਆਂ ਸੀ ਹਨਾ ਐਸਐਸ ਬੋਰਡ ਨੇ ਕੱਢੀਆਂ ਸੀ 917 ਪੋਸਟਾਂ ਉਹਦੇ ਵਿੱਚ ਵੀ ਇਹ ਇਨਕਲੂਡ ਕਰ ਸਕਦੇ ਸੀ ਬਟ ਉਹਦੇ ਵਿੱਚ ਇਹਨਾਂ ਨੇ ਇਨਕਲੂਡ ਨਹੀਂ ਕਰਿਆ ਚਲੋ ਕੋਈ ਨਾ ਹੁਣ ਅਲੱਗ ਤੋਂ ਕੱਢਦਾ ਆਪਣਾ ਇਨਫਾਰਮੇਸ਼ਨ ਦੇਣੀ ਠੀਕ ਹੈ ਤੇ ਤੁਹਾਡੇ ਸਟੂਡੈਂਟਸ ਦੇ ਨਾਲ ਖੜੇ ਹੋਣਾ ਹੁਣ ਰਹਾ ਸਾਡਾ ਪੇਡ ਬੈਚ ਵੀ ਚੱਲ ਰਿਹਾ ਤੇ ਫਰੀ ਆਫ ਕੋਸਟ ਵੀ ਕਲਾਸੇਜ ਵੀ ਤੁਹਾਨੂੰ ਕੀ ਹੈ YouTube ਤੇ ਮਿਲ ਜਾਣਗੀਆਂ ਠੀਕ ਹੈ YouTube ਤੇ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਰੀਜਨਿੰਗ ਫਰੀ ਆਫ ਕੋਸਟ ਸਟਾਰਟ ਕਰਾਈ ਵੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਚੈਪਟਰ ਹੋ ਗਿਆ ਬਟ ਧਿਆਨ ਨਾਲ ਸੁਣਨਾ ਬਾਈ ਮੈਂ ਫੇਰ ਕਹਿ ਰਿਹਾ ਇਹਦੇ ਪ੍ਰੋਟੋਕੋਲ ਕੀ ਹੈ ਰੀਜਨਿੰਗ ਦੇ ਜੋ ਫਰੀ ਚੱਲ ਰਹੀ ਹੈ ਉਹ ਲਿੰਕ ਉਹੋ ਕਲਾਸ ਸਿਰਫ YouTube ਤੇ ਤੁਹਾਨੂੰ 48 ਘੰਟੇ ਜਾਂ 24 ਘੰਟਿਆਂ ਬਾਅਦ ਉਹ ਲਿੰਕ ਜਿਹੜਾ ਹੈ ਉਹ ਹਾਈਡ ਕਰ ਦਿੱਤਾ ਜਾਊਗਾ ਠੀਕ ਹੈ ਆ ਸਾਡਾ ਕੋਰਸ ਚੱਲਿਆ ਹੋਇਆ ਸਾਡੀ ਐਪ ਹੈ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਉਹਨੂੰ ਤੁਸੀਂ ਡਾਊਨਲੋਡ ਕਰ ਲਓ ਇਸ ਉਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕਲਰਕ ਦਾ ਵੀ ਕੋਰਸ ਮਿਲ ਜੂ ਅਗਰ ਕੱਲੇ ਕਲਰਕ ਦਾ ਚੱਲਣਾ ਹੈ ਵੀਡੀਓ ਦਾ ਵੀ ਕੋਰਸ ਮਿਲ ਜੂ ਅਗਰ ਕੱਲੇ ਵੀਡੀਓ ਵਾਸਤੇ ਕਰ ਰਹੇ ਆ ਐਕਸਾਈਜ਼ ਇਨਸਪੈਕਟਰ ਦਾ ਵੀ ਕੋਰਸ ਮਿਲ ਜੂ ਅਗਰ ਐਕਸਾਈਜ਼ ਇਨਸਪੈਕਟਰ ਵਾਸਤੇ ਕਰ ਰਹੇ ਆ ਅਗਰ ਪੰਜਾਬ ਪੁਲਿਸ ਵਾਸਤੇ ਕਰ ਰਹੇ ਹੋ ਤਿਆਰੀ ਤਾਂ ਪੰਜਾਬ ਪੁਲਿਸ ਦਾ ਵੀ ਬੈਚ ਮਿਲ ਜੂਗਾ ਬਟ ਜਿਹੜਾ ਇਹ ਪ੍ਰਤਾਪੀ ਬੈਚ ਆ ਇਹਦੇ ਵਿੱਚ ਤੁਹਾਨੂੰ ਇੱਕੋ ਹੀ ਆਹ ਬੈਚ ਲੈ ਲੈਣਾ ਇਹ ਸਾਰੇ ਪੇਪਰਾਂ ਦੀ ਤਿਆਰੀ ਇਹਦੇ ਵਿੱਚ ਹੀ ਹੋ ਜੂਗੀ ਠੀਕ ਹੈ ਇਹਦੇ ਵਿੱਚ ਐਗਜ਼ਾਮ ਓਰੀਐਂਟਡ ਵੀਡੀਓ ਕਲਾਸਾਂ ਨੇ ਠੀਕ ਹੈ ਪੀਡੀਐਫ ਨੋਟ ਮਿਲਣਗੇ ਤੁਹਾਨੂੰ ਸਪੈਸ਼ਲ ਹੁਣ ਆਈ ਗੱਲ ਸਮਝੇ ਸਿਲੇਬਸ ਕੀ ਰਹੂਗਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਸਿਲੇਬਸ ਆਲਮੋਸਟ ਸੇਮ ਹੀ ਹੁੰਦਾ ਹੈ ਜੋ ਪੀ ਟ੍ਰਿਪਲ ਐਸ ਵੀ ਦਾ ਲਾਸਟ ইয়ার ਸੀ ਹੁਣ ਇਹਦਾ ਫਾਰਮ ਫਾਰਨ ਦੀ ਜਿਹੜੀ ਡੇਟ ਹੈ ਉਹ ਤੁਹਾਡੀ 10 ਤਰੀਕ ਨੂੰ ਸਟਾਰਟ ਹੋ ਜੂਗੀ ਆਫੀਸ਼ੀਅਲੀ ਨੋਟੀਫਿਕੇਸ਼ਨ ਆ ਸੌਰੀ ਕਿਆ ਕਹਿੰਦੇ ਇਹਨੂੰ ਆਫੀਸ਼ੀਅਲੀ ਸਾਈਟ ਤੇ ਅਪਲੋਡ ਹੋ ਜਾਏਗਾ ਜਦੋਂ ਫਾਰਮ ਫਿਲ ਠੀਕ ਹੈ ਦੂਜਾ ਐਕਸਾਈਜ਼ ਇਨਸਪੈਕਟਰ ਦੀਆਂ ਜਿਹੜੀਆਂ 107 ਪੋਸਟਾਂ ਹੈ ਬਈ ਉਹਨਾਂ ਦੇ ਫਾਰਮ ਸਟਾਰਟ ਹੋ ਚੁੱਕੇ ਹੈ ਸੋ ਬੀ ਬੀ ਰੈਡੀ ਬੀ ਪ੍ਰਿਪੇਅਰ ਠੀਕ ਹੈ ਤਿਆਰੀ ਕਰਨਾ ਸਟਾਰਟ ਕਰ ਦਿਓ ਇਸ ਵਾਰ ਤੁਹਾਨੂੰ IPD ਨਹੀਂ ਹੋਊਗਾ ਉਹਦੇ ਵਿੱਚ ਮਤਲਬ ਇੰਡਸਟਰੀਅਲ ਪ੍ਰੋਮੋਸ਼ਨ ਦਾ ਸਬਜੈਕਟ ਮੇ ਵੀ ਨਹੀਂ ਹੈ ਕੱਲਾ ਟੈਕਸੇਸ਼ਨ ਹੋਊਗਾ ਔਰ ਟੈਕਸੇਸ਼ਨ ਕਿਰਨ ਜੋਤ ਮੈਂ ਆਪਣੇ ਬਹੁਤ ਵਧੀਆ ਤਰੀਕੇ ਨਾਲ ਕਰਾਇਆ ਹੋਇਆ ਹੈ ਠੀਕ ਹੈ ਔਰ ਤੁਹਾਨੂੰ ਇਕਨੋਮਿਕਸ ਦੀਆਂ ਟੈਕਸੇਸ਼ਨ ਦੀਆਂ ਕਲਾਸਾਂ ਵੀ ਮਿਲ ਜਾਣਗੀਆਂ ਸੋ ਥੈਂਕ ਯੂ ਸੋ ਮੱਚ ਔਰ ਬੈਸਟ ਆਫ ਲੱਕ ਥੈਂਕ ਯੂ